ਜੀ ਜਸ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜਮੀਰ ਬਾਬਰ ਨੂੰ ਸਤਿ ਸ੍ਰੀ ਅਕਾਲ ਅਤੇ ਮੈਂ ਤੁਹਾਡਾ ਸਾਂਝਾ ਅਤੇ ਤੁਹਾਡੇ ਸਾਰਿਆਂ ਦੀਆਂ ਸਾਂਝੀਆਂ ਗੱਲਾਂ ਲੈ ਕੇ ਹਰ ਮੰਗਲਵਾਰ ਦੀ ਤਰ੍ਹਾਂ ਜੋ ਆਪਾਂ ਇੰਡੀਅਨਾਪੋਲਿਸ ਇੰਡੀਆਨਾ ਤੋਂ ਲਾਈਵ ਕਰਦੇ ਹਾਂ ਪੇਸ਼ ਹਾਂ ਹਰ ਮੰਗਲਵਾਰ ਦੀ ਤਰ੍ਹਾਂ ਆਪਾਂ ਗੱਲਾਂ ਬਾਤਾਂ ਜਿਹੜੀਆਂ ਵੀਕਐਂਡ 'ਤੇ ਕੁਛ ਸੁਣਨ ਨੂੰ ਮਿਲੀਆਂ ਕੁਛ ਦੇਖਣ ਨੂੰ ਮਿਲੀਆਂ ਉਹਨਾਂ ਨੂੰ ਲੈ ਕੇ ਕੁਛ ਦੁੱਖ ਵਾਲੀਆਂ ਹੁੰਦੀਆਂ ਨੇ ਕੁਛ ਸੁੱਖ ਵਾਲੀਆਂ ਹੁੰਦੀਆਂ ਨੇ ਸਾਰੀਆਂ ਸਾਂਝੀਆਂ ਗੱਲਾਂ ਲੈ ਕੇ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਹਰ ਮੰਗਲਵਾਰ ਜਦੋਂ ਆਈਏ ਕੋਈ ਤਾਜ਼ਾ ਖਬਰ ਲੈ ਕੇ ਆਈਏ ਜਾਂ ਕੋਈ ਗੱਲ ਐਸੀ ਕੱਢ ਕੇ ਲੈ ਕੇ ਆਈਏ ਕਿ ਸਾਨੂੰ ਪਤਾ ਲੱਗੇ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ 'ਤੇ ਅਸਰ ਕੀ ਹੋਊਗਾ। ਆਪਾਂ ਅੱਜ ਗੱਲ ਕਰਾਂਗੇ ਧਰਮ ਦੀ ਗੱਲ ਹੋਵੇ ਜਾਂ ਗੱਲ ਹੋਵੇ ਆਪਣੇ ਲੀਡਰਸ਼ਿਪ ਦੀ ਹੋਵੇ ਜਾਂ ਆਪਾਂ ਆਉਣ ਵਾਲੀਆਂ ਨਸਲਾਂ ਦੀ ਗੱਲ ਕਰਾਂਗੇ। ਥੋੜ੍ਹੇ ਵਿਸ਼ੇ ਨੇ ਜਿਹੜੇ ਤਿੰਨ ਚਾਰ ਜਿਹੜੇ ਵੀਕਐਂਡ 'ਤੇ ਸੋਚਣ ਨੂੰ ਮਿਲੇ ਕਿ ਜੋ ਪੰਜਾਬੀ ਹੈ ਜਾਂ ਆਪਣਾ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਜਾਂ ਹੋਰ ਵੀ ਜਿੰਨੇ ਕਲਚਰ ਨੇ ਜਾਂ ਜਿੰਨੇ ਤੁਸੀਂ ਧਰਮ ਲਾ ਲਓ ਉਹਨਾਂ ਨੂੰ ਲੈ ਕੇ ਇੱਕ ਗੱਲ ਬੜੀ ਹੀ ਚਰਚਾ ਵਾਲਾ ਵਿਸ਼ਾ ਬਣਿਆ ਕਿ ਬੜੀ ਹੀ ਡੂੰਘੀ ਸੋਚ ਹੈ ਉਹ ਕਿ ਨਵੀਂ ਆਉਣ ਵਾਲੀ ਪੀੜ੍ਹੀ ਲਈ ਅਸੀਂ ਕੀ ਕਰ ਰਹੇ ਹਾਂ ਜਾਂ ਜਿਹੜੀ ਆਉਣ ਵਾਲੀ ਪੀੜ੍ਹੀ ਕਿੱਧਰ ਨੂੰ ਜਾ ਰਹੀ ਆ। ਕਈ ਗੱਲਾਂ ਜਿਹੜੀਆਂ ਸੋਚਣ ਨੂੰ ਮਿਲੀਆਂ ਵੀ ਸੋਚੀਆਂ ਵੀ ਲੇਕਿਨ ਉਹਨਾਂ ਦਾ ਕੋਈ ਜਵਾਬ ਨਹੀਂ ਮਿਲ ਸਕਿਆ। ਮੈਂ ਇਹ ਇਸੇ ਕਰਕੇ ਅੱਜ ਜਸ ਟੀ ਵੀ ਦੇ ਮਾਧਿਅਮ ਰਾਹੀਂ ਹਰ ਇੱਕ ਪੰਜਾਬੀ ਹੋਵੇ ਜਾਂ ਮੇਰਾ ਹਿੰਦੂ ਭਾਈਚਾਰਾ ਕੋਈ ਵੀ ਜਿਹੜਾ ਇਨਸਾਨ ਹੈ ਇਨਸਾਨੀਅਤ ਨੂੰ ਲੈ ਕੇ ਅੱਜ ਪਹਿਲੋਂ ਚੱਲਾਂਗੇ। ਆਪਾਂ ਜਿਹੜਾ ਧਰਮ ਹੈ ਉਹਨੂੰ ਸੈਕੰਡਰੀ ਮੰਨਾਂਗੇ ਲੇਕਿਨ ਇਨਸਾਨੀਅਤ ਨੂੰ ਅੱਜ ਮੂਹਰੇ ਰੱਖ ਕੇ ਚੱਲਾਂਗੇ ਕਿ ਐਸ ਏ ਇਨਸਾਨ ਤੁਹਾਨੂੰ ਕੀ ਕਰਨਾ ਚਾਹੀਦਾ। ਔਰ ਉਹ ਮੈਂ ਇਸ ਗੱਲ ਨੂੰ ਮੰਨੂੰਗਾ ਕਿ ਐਸੇ ਪਹਿਲਾਂ ਇਨਸਾਨ ਦਾ ਜੋ ਉਹ ਧਰਮ ਨੂੰ ਪਿੱਛੇ ਛੱਡ ਕੇ ਧਰਮ ਕੋਈ ਵੀ ਹੋਵੇ ਧਰਮ ਬਾਅਦ ਵਿੱਚ ਬਣੇ ਨੇ ਇਨਸਾਨ ਪਹਿਲੋਂ ਸੀਗਾ। ਔਰ ਆਪਾਂ ਜਿਹੜੀ ਇਹ ਧਰਮਾਂ ਦੀ ਲੜਾਈ ਹੈ ਉਹਨੂੰ ਪਿੱਛੇ ਛੱਡਣਾ ਹੈ ਉਹਨੂੰ ਕਿੱਦਾਂ ਪਿੱਛੇ ਛੱਡਣਾ ਜਿਸ ਤਰ੍ਹਾਂ ਤੁਸੀਂ ਅਮੈਰੀਕਾ ਦੇਖ ਲਓ ਕੈਨੇਡਾ ਦੇਖੋ US ਦੇਖੋ ਜਾਂ ਇੰਗਲੈਂਡ ਦੇਖ ਲਓ ਸੋਰੀ US ਅਮੈਰੀਕਾ ਹੀ ਆ UK ਦੇਖ ਲਓ ਕਾਫੀ ਕੰਟਰੀਆਂ ਜਿਹੜੀਆਂ ਧਰਮਾਂ ਤੋਂ ਥੋੜ੍ਹਾ ਪਰੇ ਹੋ ਗਈਆਂ ਉੱਥੇ ਲੋਕ ਸੁਖੀ ਨੇ। ਧਰਮਾਂ ਦਾ ਕੀ ਮਤਲਬ ਹੈ ਕਿ ਜਿਹੜੀ ਪੋਲੀਟਿਕਸ ਆ ਉਹ ਧਰਮ ਨੂੰ ਯੂਜ਼ ਕਰਕੇ ਲੜਾ ਰਹੇ ਨੇ ਔਰ ਜਿਹੜੇ ਧਰਮ ਦੇ ਆਗੂ ਬਣੇ ਹੋਏ ਨੇ ਉਹ ਧਰਮ ਨੂੰ ਯੂਜ਼ ਕਰਕੇ ਲੋਕਾਂ ਨੂੰ ਡਰਾ ਰਹੇ ਨੇ ਚਾਹੇ ਉਹ ਧਰਮ ਸਿੱਖਾਂ ਦਾ ਹੋਵੇ ਜਾਂ ਧਰਮ ਉਹ ਹਿੰਦੂਆਂ ਦਾ ਹੋਵੇ ਜਾਂ ਬੁੱਧਾਂ ਦਾ ਹੋਵੇ। ਕੀ ਹੋ ਕੇ ਹੋਇਆ ਕੀ ਆ ਕਿ ਧਰਮ ਨੂੰ ਲੈ ਕੇ ਇੱਕ ਧੰਦਾ ਬਣਾ ਦਿੱਤਾ। ਇਸ ਕਰਕੇ ਇਹ ਜਿਹੜਾ ਆਪਾਂ ਧੰਦਾ ਆ ਧਰਮ ਦਾ ਇਹ ਜਿਹੜੇ ਧਰਮ ਦੇ ਢੋਂਗੀਆਂ ਦੇ ਜਿਹੜੇ ਦੁਕਾਨਾਂ ਆ ਉਹ ਬੰਦ ਕਰਾਉਣੀਆਂ। ਮੇਰਾ ਇਹ ਮਕਸਦ ਹੈ ਜ਼ਿੰਦਗੀ ਦਾ ਕਿ ਇਹਨਾਂ ਦੀ ਜਿਹੜੇ ਢੋਂਗ ਰਚੇ ਹੋਏ ਨੇ ਚਾਹੇ ਉਹ ਗੁਰਦੁਆਰਾ ਹੋਵੇ ਚਾਹੇ ਮੰਦਰ ਹੋਵੇ ਚਾਹੇ ਮਸਜਿਦ ਹੋਵੇ ਚਾਹੇ ਚਰਚ ਹੋਵੇ ਇਹਨਾਂ ਲੋਕਾਂ ਨੇ ਇਹਨਾਂ ਕਈ ਲੋਕਾਂ ਨੇ ਮੈਂ ਸਾਰੇ ਨਹੀਂ ਕਹਿ ਸਕਦਾ ਕਿ 100% ਸਾਰੇ ਇੱਕੋ ਜਿਹੇ ਨੇ ਲੇਕਿਨ ਮੈਜੋਰਿਟੀ ਜਿਹੜੀ ਕਹੂੰਗਾ 80% ਲੋਕਾਂ ਨੇ ਧੰਦਾ ਬਣਾਇਆ ਹੋਇਆ ਇਸ ਗੱਲ ਨੂੰ ਕਿ ਉਹ ਆਪਾਂ ਚਾਹੇ ਗੁਰਦੁਆਰੇ ਨੂੰ ਬਣਾ ਲਈਏ ਜਾਂ ਜਿਸ ਚੀਜ਼ ਨੂੰ ਮਰਜ਼ੀ ਲੈ ਕੇ। ਕਰਨਾ ਕੀ ਹੈ ਕਿ ਮੇਰੀ ਅਪੀਲ ਹੈ ਹਰ ਇੱਕ ਇਨਸਾਨ ਨੂੰ ਕਿ ਤੁਸੀਂ ਧਰਮਾਂ ਨੂੰ ਛੱਡੋ ਐਸੇ ਇਨਸਾਨ ਸਾਹਮਣੇ ਆਓ ਕਿ ਹਰ ਇੱਕ ਇਨਸਾਨ ਨੂੰ ਦੂਸਰੇ ਇਨਸਾਨ ਪ੍ਰਤੀ ਕੀ ਕਰਨਾ ਚਾਹੀਦਾ। ਜੇ ਕਿਸੇ ਨੂੰ ਹੈਲਪ ਦੀ ਲੋੜ ਹੈ ਤਾਂ ਅਸੀਂ ਉਹਦੇ ਲਈ ਕੀ ਹੈਲਪ ਕਰ ਸਕਦੇ ਹਾਂ। ਚਲੋ ਜੇ ਪੈਸੇ ਲਈ ਨਹੀਂ ਤਾਂ ਅਸੀਂ ਦਿਮਾਗੀ ਤੌਰ 'ਤੇ ਕਰ ਸਕਦੇ ਹਾਂ ਜੇ ਦਿਮਾਗੀ ਤੌਰ 'ਤੇ ਨਹੀਂ ਤਾਂ ਅਸੀਂ ਉਹਨੂੰ ਸਿੱਧਾ ਰਸਤਾ ਦਿਖਾ ਸਕਦੇ ਹਾਂ। ਜੇ ਕੁਛ ਨਹੀਂ ਕਰ ਸਕਦੇ ਐਟਲੀਸਟ ਅਗਲੇ ਨੂੰ ਕੋਈ ਪਾਣੀ ਜਾਂ ਰੋਟੀ ਜਾਂ ਕੁਛ ਉਹਦੀ ਜੋ ਜ਼ਰੂਰਤ ਹੈ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ। ਉਹ ਕੋਸ਼ਿਸ਼ ਕਿੱਦਾਂ ਹੋਊਗੀ ਕਿ ਆਪਾਂ ਆਲੇ ਦੁਆਲੇ ਆਪਣੇ ਅੱਗੇ ਪਿੱਛੇ ਨਿਗਾਹ ਮਾਰਨੀ ਪਊਗੀ ਕਿ ਕੌਣ ਬੰਦਾ ਕੀ ਗਲਤ ਕਰ ਰਿਹਾ ਉਹਨੂੰ ਥੋੜ੍ਹਾ ਰੋਕਣਾ ਪਊਗਾ ਕਿਉਂਕਿ ਅੱਜ ਹੁਣ ਜ਼ਮਾਨਾ ਇਹ ਆ ਕਿ ਜੋ ਵੀ ਬੰਦਾ ਗਲਤ ਕਰ ਰਿਹਾ ਜੇ ਉਹਨੂੰ ਰੋਕਦੇ ਆ ਤਾਂ ਉਹ ਤੁਹਾਡੇ ਗਲ ਪੈਂਦਾ। ਗਲ ਪੈਣ ਦਾ ਮਤਲਬ ਲੜਨਾ ਚਾਹੁੰਦਾ ਕਿਉਂਕਿ ਥੋੜ੍ਹੀ ਠੇਠ ਪੰਜਾਬੀ ਮੈਂ ਕਈ ਵਾਰੀ ਬੋਲ ਜਾਂਦਾ। ਹਰ ਕੋਈ ਬੰਦਾ ਇਸ ਥੋੜ੍ਹੀ ਨਹੀਂ ਸੁਣਨੀ ਚਾਹੁੰਦਾ ਉਹ ਕਹਿੰਦਾ ਮੇਰੀ ਸੁਣੋ ਕਿਉਂਕਿ ਉਹ ਗਲਤ ਕਰ ਰਿਹਾ ਉਹ ਗਲਤ ਨੂੰ ਗਲਤ ਮੰਨਣ ਲਈ ਤਿਆਰ ਨੇ। ਮੇਰਾ ਕਹਿਣ ਦਾ ਮਤਲਬ ਇਹ ਕਿ ਆਪਣਾ ਫਰਜ਼ ਬਣਦਾ ਹਰ ਇੱਕ ਬੰਦੇ ਨੂੰ ਉਹਨੂੰ ਗਲਤ ਨਾ ਕਹੋ ਲੇਕਿਨ ਉਹਨੂੰ ਸਮਝਾਓ ਕਿ ਇਹ ਰਸਤਾ ਜੋ ਹੈ ਜਾਂ ਤੇਰੀ ਜਿਹੜੀ ਸੋਚ ਹੈ ਜਾਂ ਜੋ ਤੂੰ ਕਰ ਰਿਹਾ ਉਹ ਗਲਤ ਹੈ। ਆਪਾਂ ਮੈਂ ਮੰਨਦਾ ਕਿ ਇਹ ਜਿਹੜੀਆਂ ਛੋਟੀ ਛੋਟੀਆਂ ਚੀਜ਼ਾਂ ਨੇ ਇਹਨਾਂ ਨੂੰ ਫੜੀਏ ਫੜ ਕੇ ਸੁਧਾਰ ਕਰੀਏ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮੇਰੇ ਬੱਚੇ ਜਾਂ ਉਹਨਾਂ ਦੇ ਬੱਚੇ ਕਹਿ ਸਕਣ ਕਿ ਸਾਡੇ ਜਿਹੜੇ ਪੁਰਖੇ ਸੀ ਉਹਨਾਂ ਨੇ ਆਹ ਚੀਜ਼ ਸਾਨੂੰ ਸਿਖਾਈ ਅਤੇ ਆਹ ਚੀਜ਼ ਸਾਡੇ ਲਈ ਕਮਾਈ। ਬਾਕੀ ਜਿਹੜੀ ਜ਼ਮੀਨ ਜਾਇਦਾਦ ਪੈਸਾ ਧਨ ਦੌਲਤ ਇਹ ਸਾਰਾ ਕੁਛ ਤੁਹਾਡੇ ਨਾ ਕੋਈ ਨਾਲ ਲੈ ਕੇ ਗਿਆ ਅਤੇ ਨਾ ਕਿਸੇ ਨੇ ਜਾਣਾ ਇਹ ਮੇਰੇ ਤੋਂ ਲਿਖਾ ਕੇ ਰੱਖ ਲਓ। ਬਾਕੀ ਕਿਸੇ ਸੱਜਣ ਨੂੰ ਜਾਂ ਜਿੰਨੇ ਵੀ ਸਰੋਤੇ ਦਰਸ਼ਕ ਇਸ ਵੇਲੇ ਸੁਣ ਰਹੇ ਆ ਜਸ ਟੀ ਵੀ ਨੂੰ ਦੇਖ ਰਹੇ ਆ ਉਹ ਸ਼ੱਕ ਲਿਖ ਕੇ ਰੱਖ ਲੈਣ ਪੇਪਰ 'ਤੇ ਕਿ ਅੱਜ ਤੱਕ ਕੋਈ ਐਸਾ ਇਨਸਾਨ ਨਹੀਂ ਜਿਹੜਾ ਮਾਇਆ ਨੂੰ ਜਾਂ ਜ਼ਮੀਨ ਜਾਇਦਾਦ ਨੂੰ ਨਾਲ ਲੈ ਗਿਆ। ਜੇ ਤੁਸੀਂ ਥੋੜ੍ਹਾ ਜਿਹਾ ਪਿੱਛੇ ਨੂੰ ਨਿਗਾਹ ਮਾਰੋ ਜਿਹੜੀ ਸਾਡੇ ਦਾਦਿਆਂ ਨੇ ਬਣਾਈ ਹੋਈ ਜ਼ਮੀਨ ਸੀ ਉਹ ਪਿੰਡ ਵਿੱਚ ਰਹਿ ਗਈ ਅਸੀਂ ਉਹਨੂੰ ਛੱਡ ਕੇ ਬਾਹਰਲੀਆਂ ਕੰਟਰੀਆਂ 'ਚ ਵੱਸ ਗਏ
ਜਾਂ ਜਿਹੜੀ ਸਾਡੀ ਇੱਥੇ ਬਣਾਈ ਹੋਈ ਜ਼ਮੀਨ ਆ ਜਾਂ ਘਰ ਆ ਉਹ ਇੱਥੇ ਰਹਿ ਜਾਣਾ, ਸਾਡੇ ਜਿਹੜੇ ਨਿਆਣੇ ਨੇ ਉਹਨਾਂ ਨੇ ਵਧੀਆ ਪੜ੍ਹ ਕੇ ਜੋਬਾਂ ਲੈ ਕੇ ਹੋਰ ਕਿਸੇ ਸਟੇਟ ਚਲੇ ਜਾਣਾ। ਮੇਰੇ ਕਹਿਣ ਤੋਂ ਮਤਲਬ ਇਹ ਆ ਕਿ ਤੁਸੀਂ ਪੈਸੇ ਪਿੱਛੇ ਭੱਜਣਾ ਛੱਡੋ। ਦੂਜਾ ਇਹ ਮਤਲਬ ਹੀ ਨਹੀਂ ਹੈ ਕਿ ਜਿਹੜਾ ਪੈਸਾ ਆ ਉਹ ਜ਼ਰੂਰੀ ਨਹੀਂ, ਉਹ ਜ਼ਰੂਰੀ ਵੀ ਹੈ ਕਿਉਂਕਿ ਪੈਸੇ ਤੋਂ ਬਿਨਾਂ ਕੋਈ ਕੰਮ ਵੀ ਨਹੀਂ ਚੱਲਦਾ। ਹਾਂ, ਪੈਸੇ ਨੂੰ ਇੰਨੀ ਅਹਿਮੀਅਤ ਨਾ ਦਿਓ ਤਾਂ ਕਿ ਤੁਸੀਂ ਆਪਣੀ ਸਿਹਤ ਖਰਾਬ ਕਰ ਲਓ ਪੈਸੇ ਨੂੰ ਇਕੱਠਾ ਕਰਦੇ ਕਰਦੇ। ਪੈਸਾ ਇਕੱਠਾ ਕਰਨਾ ਜ਼ਰੂਰੀ ਹੈ ਲੇਕਿਨ ਕੁਛ ਹੱਦ ਤੱਕ, ਕੁਛ ਵਧੀਆ ਢੰਗ ਨਾਲ। ਔਰ ਮੈਂ ਵਾਪਸ ਫਿਰ ਮੁੱਦੇ ਤੋਂ ਨਾ ਭਟਕਾ, ਮੁੱਦੇ 'ਤੇ ਆਉਣਾ ਕਿ ਆਪਾਂ ਅਗਲੀ ਪੀੜ੍ਹੀ ਲਈ ਕੀ ਕਰਕੇ ਜਾਣਾ, ਉਹ ਕਰਨਾ ਕਿੱਦਾਂ, ਉਹ ਹੋਊਗਾ ਕਿੱਦਾਂ। ਇਹ ਸਾਰੇ ਜਿਹੜੇ ਸਵਾਲ ਨੇ ਉਹ ਸਾਰੇ ਸਾਡੇ ਕੋਲ ਹੀ ਨੇ। ਜੇ ਕੋਈ ਵੀ ਵੀਰ ਇਸ ਸ਼ੋਅ ਨਾਲ ਜੋੜਨਾ ਚਾਹੁੰਦਾ ਜਾਂ ਕੋਈ ਮੇਰੀ ਹੀ ਗਲਤੀ ਕੱਢਣਾ ਚਾਹੁੰਦਾ ਕਿ ਮੈਂ ਗਲਤ ਬੋਲ ਗਿਆ, ਮੈਂ ਜਦੋਂ ਭਾਵੁਕ ਹੁੰਦਾ ਹਾਂ ਥੋੜ੍ਹਾ ਹੋ ਸਕਦਾ ਕਿ ਗਲਤ ਬੋਲ ਜਾਵਾਂ, ਜ਼ਰੂਰ ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ। ਥੱਲੇ ਜਿਹੜਾ ਈਮੇਲ ਆਉਂਦਾ ਉੱਤੇ ਈਮੇਲ ਭੇਜ ਸਕਦੇ ਹੋ, ਜਾਂ ਜਿਹੜੇ ਸਾਡੇ ਸਕਰੀਨ ਦੇ ਥੱਲੇ ਨੰਬਰ ਆਉਂਦੇ ਨੇ ਤੁਸੀਂ ਸ਼ੋਅ ਦੇ ਵਿੱਚ ਲਾਈਵ ਕਾਲ ਕਰਕੇ ਕੋਈ ਕੁਐਸਚਨ ਪੁੱਛ ਸਕਦੇ ਹੋ। ਲੇਕਿਨ ਕੁਐਸਚਨ ਜ਼ਰੂਰ ਜਿਹੜਾ ਮਰਜ਼ੀ ਪੁੱਛੋ ਉਸਦਾ ਜਵਾਬ ਦੇਣਾ ਵੀ ਸਾਡਾ ਫਰਜ਼ ਹੈ। ਔਰ ਦੂਸਰਾ, ਪਰਸਨਲ ਨੰਬਰ ਵੀ ਮੇਰਾ ਹਰ ਵੇਲੇ ਸਕਰੀਨ ਦੇ ਥੱਲੇ ਆਉਂਦਾ ਰਹਿੰਦਾ ਹੈ, ਉਹ ਤੁਸੀਂ ਆਫ ਏਅਰ ਜੇ ਕੋਈ ਕਾਲ ਕਰਨੀ ਚਾਹੁੰਦੇ ਹੋ ਜਾਂ ਕੋਈ ਮੈਸੇਜ ਭੇਜਣਾ ਚਾਹੁੰਦੇ ਹੋ ਕਿ ਇਸ ਟਾਪਿਕ 'ਤੇ ਵੀ ਗੱਲ ਕਰੋ, ਜਿਹੜਾ ਵਟਸਐਪ ਦਾ ਨੰਬਰ ਵੀ ਇਹੀ ਹੈ, ਤੁਸੀਂ ਮੈਸੇਜ ਵੀ ਕਰ ਸਕਦੇ ਹੋ। ਔਰ ਫੇਸਬੁੱਕ ਵੀ ਮੇਰੀ ਚਾਲੂ ਹੈ, ਅਮਰਜੀਤ ਬਰਾੜ, ਜੇ ਤੁਸੀਂ ਫੇਸਬੁੱਕ 'ਤੇ ਜਾਓਗੇ ਜਿੰਮੀ ਬਰਾੜ, ਉੱਥੇ ਫੇਸਬੁੱਕ ਵੀ ਹੈ ਔਰ ਟਵਿੱਟਰ ਵੀ ਜਲਦੀ ਚਾਲੂ ਹੋ ਜਾਏਗਾ। ਲੇਕਿਨ ਇਹ ਚੀਜ਼ਾਂ ਚਾਲੂ ਕਰਨ ਦੇ ਨਾਲ ਜਿਹੜਾ ਅਸਲੀ ਮੁੱਦਾ ਹੈ ਉਹ ਨਹੀਂ ਸੋਲਵ ਹੋ ਰਿਹਾ, ਜੋ ਦੇਖਣ ਵਿੱਚ ਬਹੁਤ ਹੀ ਆਉਂਦਾ, ਜਿਹੜਾ ਅਸੀਂ ਬਹੁਤ ਹੀ ਇੱਕ ਮੰਦਭਾਗੀ ਵੀਡੀਓ ਜਿਹੜੀ ਹੈ ਓਵਰ ਦਾ ਵੀਕਐਂਡ ਦੇਖੀ, ਜਿਹੜਾ ਆਪਾਂ ਇੱਕ ਬ੍ਰੇਕ ਲਵਾਂਗੇ ਉਸ ਤੋਂ ਬਾਅਦ ਦਿਖਾਲਾਂਗੇ। ਲੇਕਿਨ ਕੁਛ ਹੋਰ ਵੀਡੀਓ ਵੀ ਜਿਹੜੀਆਂ ਚਾਈਲਡ ਲੇਬਰ ਦੀਆਂ ਹੋ ਗਈਆਂ ਜਾਂ ਚਾਈਲਡ ਅਬਿਊਸਮੈਂਟ ਦੀਆਂ ਹੋ ਗਈਆਂ, ਕਈ ਵੀਡੀਓ ਐਸੀਆਂ ਬਣੀਆਂ ਕਿ ਉਹਨੂੰ ਮਨ ਨੂੰ ਹਿਲਾ ਕੇ ਰੱਖ ਦਿੰਦੀਆਂ ਕਿ ਕੀ ਹਾਲੇ ਵੀ ਅਸੀਂ ਉੱਥੇ ਹੀ ਖੜ੍ਹੇ ਹਾਂ ਜਿੱਥੇ ਅੱਜ ਤੋਂ 500 ਸਾਲ ਪਹਿਲਾਂ ਜਦੋਂ ਸਾਨੂੰ ਬਾਬਾ ਨਾਨਕ ਕੱਢ ਕੇ ਗਿਆ ਸੀ, ਅਸੀਂ ਉੱਥੇ ਪਿੱਛੇ ਕਿੱਦਾਂ ਚਲੇ ਗਏ, ਕੀ ਹੋ ਗਿਆ। ਜਿਹੜਾ ਅਸੀਂ ਧਰਮ ਦੀ ਰੌਲੀ ਪੈ ਰਹੀ ਆ, ਹਰ ਧਰਮ ਆਪਣੀ ਆਪਣੀ ਡੌਂਡੀ ਪਿੱਟ ਰਿਹਾ, ਹਰ ਧਰਮ ਆਪਣਾ ਆਪਣਾ ਢੋਲ ਵਜਾ ਰਿਹਾ ਕਿ ਸਾਡਾ ਧਰਮ ਚੰਗਾ, ਸਾਡਾ ਧਰਮ ਚੰਗਾ। ਲੇਕਿਨ ਆਹ ਜਿਹੜੀ ਵੀਡੀਓ ਤੁਹਾਨੂੰ ਮੈਂ ਦਿਖਾਊਂਗਾ ਬ੍ਰੇਕ ਤੋਂ ਬਾਅਦ ਦਿਖਾਊਂਗਾ, ਉਹ ਦੇਖ ਕੇ ਮੇਰਾ ਧਰਮਾਂ ਤੋਂ ਵਿਸ਼ਵਾਸ ਉੱਠ ਗਿਆ ਕਿ ਧਰਮਾਂ ਵਾਲੇ ਸਿਰਫ ਜਿੰਨੇ ਨੇ ਇਹ ਆਪਣੇ ਆਪ ਲਈ ਰੌਲਾ ਪਾਉਂਦੇ ਨੇ, ਚਾਹੇ ਉਹ ਧਰਮ ਹਿੰਦੂ ਹੋਵੇ ਜਾਂ ਸਿੱਖ ਹੋਣ ਜਾਂ ਬੁੱਧਾ ਵਾਲੇ ਹੋਣ, ਜਿੰਨੇ ਵੀ ਧਰਮ ਨੇ ਉਹਨਾਂ ਦਾ ਕੀ ਹੋ ਗਿਆ। ਮੈਂ ਹੁਣ ਬਿਲੀਵ ਕਰਨ ਲੱਗ ਗਿਆ ਇਸ 'ਤੇ ਕਿ ਧਰਮਾਂ ਦਾ ਸਿਰਫ ਅਤੇ ਸਿਰਫ ਅਸੀਂ ਵਪਾਰ ਬਣਾਇਆ ਹੋਇਆ ਕਿ ਗੁਰਦੁਆਰੇ ਜਾਓ ਉੱਥੇ ਵਪਾਰ ਆ, ਜੇ ਮੰਦਰ ਜਾਂਦੇ ਉੱਥੇ ਵਪਾਰ ਆ, ਜੇ ਕੋਈ ਸਾਰਿਆਂ ਤੋਂ ਬਚਦੇ ਆ ਅਤੇ ਜਿਹੜੇ ਲੀਡਰ ਨੇ ਉਹ ਚਾਹੇ ਅਮੈਰੀਕਾ ਵੀ ਹੋਵੇ, ਇੱਥੇ ਵੀ ਦੰਗਿਆਂ ਦੇ ਨਾਂ 'ਤੇ, ਧਰਮ ਦੇ ਨਾਂ 'ਤੇ ਜਾਂ ਕਾਲੇ ਚਿੱਟਿਆਂ ਦੇ ਨਾਂ 'ਤੇ ਜਾਂ ਬਰਾਊਨ ਦੇ ਨਾਂ 'ਤੇ ਲੈ ਕੇ ਵੋਟਾਂ ਨੂੰ, ਜਿਹੜਾ ਉਹੀ ਨੀਤੀ ਅਪਣਾਈ ਜਾ ਰਹੀ ਆ ਜੋ ਇੰਡੀਆ ਦੇ ਵਿੱਚ ਸੀ, ਜਿੱਥੋਂ ਅਸੀਂ ਬਿਮਾਰੀ ਨੂੰ ਜਿਹੜੀ ਛੱਡ ਕੇ ਆਏ ਸੀ, ਉਹ ਬਿਮਾਰੀ ਸਾਡੇ ਪਿੱਛੇ ਹੀ ਆ ਰਹੀ ਹੌਲੀ ਹੌਲੀ, ਕਿਉਂਕਿ ਜਿਹੜੇ ਲੀਡਰ ਵੀ ਉਹ ਵੀ ਇੱਕ ਦੂਜੇ ਨੂੰ ਮਿਲਦੇ ਨੇ, ਜਦੋਂ ਮਿਲਦੇ ਨੇ ਉਹ ਇੱਕ ਦੂਜੇ ਨੂੰ ਢੰਗ ਤਰੀਕੇ ਵੀ ਜ਼ਰੂਰ ਦੱਸਦੇ ਨੇ। ਇਸੇ ਤਰ੍ਹਾਂ ਜਿਹੜਾ ਇੰਡੀਆ ਦੇ ਵਿੱਚ ਵੀ ਆ, ਉਹਦੇ ਵਿੱਚ ਜੋ ਤਰੀਕਾ ਜੋ ਉਹ ਅਪਣਾਇਆ ਜਾ ਰਿਹਾ ਬਿਲਕੁਲ ਗਲਤ ਆ। ਆਪਾਂ ਜ਼ਰੂਰ ਤੁਹਾਨੂੰ ਉਹਨਾਂ ਸ਼ੇਅਰ ਕਰਾਂਗੇ ਹੋਰ ਵੀ ਗੱਲਾਂ। ਇੱਕ ਬ੍ਰੇਕ ਦਾ ਵੇਲਾ ਹੋ ਗਿਆ, ਬ੍ਰੇਕ ਜਲਦੀ ਆ ਜਾਂਦੀ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਐਸੀ ਵੀਡੀਓ ਦੇਵਾਂਗੇ ਦਿਲ ਨੂੰ ਹਿਲਾ ਦੇਣ ਵਾਲੀ ਵੀਡੀਓ ਲੈ ਕੇ ਆ ਰਹੇ ਹਾਂ, ਤੁਹਾਨੂੰ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ, ਸਾਰੇ ਜਸ ਟੀਵੀ ਦੇ ਦਰਸ਼ਕਾਂ ਦਾ ਫਿਰ ਨਿੱਘਾ ਸਵਾਗਤ ਹੈ। ਆਪਾਂ ਫਿਰ ਗੱਲਬਾਤ ਆਪਣੀ ਉਹੀ ਜਾਰੀ ਹੈ ਕਿ ਜੋ ਧਰਮ ਜਾਂ ਇਨਸਾਨੀਅਤ, ਇਹ ਸਾਰੀਆਂ ਚੀਜ਼ਾਂ 'ਚ ਕੀ ਫਰਕ ਹੈ। ਜੋ ਮੈਂ ਵੀਡੀਓ ਦੀ ਜਿਹੜੀ ਗੱਲ ਕਰਦਾ ਸੀ, ਉੱਥੋਂ ਜਿਹੜੀ ਇਨਸਾਨੀਅਤ ਇੰਨੀ ਕੁ ਸੱਟ ਲੱਗੀ ਇਨਸਾਨੀਅਤ ਨੂੰ ਦੇਖ ਕੇ ਕਿ ਇਨਸਾਨੀਅਤ ਰਹਿ ਹੀ ਨਹੀਂ ਗਈ। ਔਰ ਜਿਹੜੀ ਧਰਮਾਂ ਦੀ ਮੈਂ ਗੱਲ ਕਰਦਾ ਸੀ ਕਿ ਧਰਮਾਂ ਤੋਂ ਯਕੀਨ ਉੱਠਣ ਵਾਲੀ ਗੱਲ ਵੀ ਉਹ ਵੀਡੀਓ ਦੇਖ ਕੇ ਹਟ ਗਈ ਕਿ ਧਰਮ ਵੀ ਜਿਹੜੇ ਨੇ ਉਹ ਸਿਰਫ ਇੱਕ ਡੀਂਗਾ ਮਾਰਨ ਵਾਲੇ ਧਰਮ ਬਚੇ ਨੇ। ਧਰਮ ਉਹ ਕੋਈ ਵੀ ਹੋਵੇ, ਚਾਹੇ ਉਹ ਹਿੰਦੂਆਂ ਦਾ, ਸਿੱਖਾਂ ਦਾ ਜਾਂ ਮੁਸਲਮਾਨਾਂ ਦਾ, ਸਾਰੇ ਇੱਕ ਦੂਜੇ ਨੂੰ, ਇਹ ਆ ਕਿ ਧਰਮ ਨੂੰ ਲੈ ਕੇ ਮੇਰਾ ਨਾਂ ਬਣ ਜਾਵੇ ਜਾਂ ਕੋਈ ਕਹਿੰਦਾ ਕਿ ਮੈਂ ਵੱਡਾ ਪੁਜਾਰੀ ਬਣ ਜਾਵਾਂ, ਜਾਂ ਉਹ ਕਹਿੰਦਾ ਕਿ ਸਭ ਤੋਂ ਵੱਡਾ ਜਿਹੜਾ ਗੁਰਦੁਆਰੇ ਦਾ ਪਾਠੀ ਆ ਜਾਂ ਕੀਰਤਨੀਆ ਜਥਾ ਉਹ ਮੈਂ ਹੀ ਹੋਵਾਂ। ਲੇਕਿਨ ਇਨਸਾਨੀਅਤ ਨੂੰ ਜੇ ਆਹ ਵੀਡੀਓ ਜਿਹੜੀ ਮੈਂ ਦਿਖਾਉਣ ਜਾ ਰਿਹਾ, ਇਹ ਵੀਡੀਓ ਦੇਖੋਗੇ ਤਾਂ ਬੰਦੇ ਨੂੰ ਸੋਚਣਾ ਪਏਗਾ ਕਿ ਇਨਸਾਨੀ ਤੌਰ 'ਤੇ ਕੀ ਇਹ ਸੱਚ ਹੈ ਜਾਂ ਕੀ ਇਹ ਝੂਠ ਹੈ। ਅਤੇ ਮੈਂ ਤੁਹਾਨੂੰ ਇਹ ਛੋਟੀ ਜਿਹੀ ਵੀਡੀਓ ਸ਼ੇਅਰ ਕਰੂੰਗਾ, ਇਹ ਤੋਂ ਬਾਅਦ ਫਿਰ ਆਪਾਂ ਫਿਰ ਗੱਲ ਕਰਾਂਗੇ ਕਿ ਇਹ ਕੀ ਸੀ ਸਾਰਾ ਕੁਝ। ਤੇ ਆਹ ਦੇਖੋ, ਕੋਈ ਨਹੀਂ ਸੁਣਨੀ, ਨਿਕਲ ਜਾਓ ਯਹਾਂ ਸੇ, ਨਿਕਲ ਜਾਓ, ਮੇਰੀ ਆਂਖੋਂ ਸਾਹਮਣੇ ਸੇ ਕਹੀਂ ਪੇ ਮਰੋ ਨਾ, ਮਰ ਜਾ ਭੂਕੇ, ਹਮ ਕਿਆ ਕਰੇ, ਮਰ ਜਾ ਭੂਕੇ, ਮਰ ਜਾ ਭੂਕੇ, ਮਰ ਜਾ ਭੂਕੇ, ਕਹੀਂ ਪੇ
में भी रखो, जाओ कहीं जाओ, हमें कोई मतलब नहीं है। तू ही तो साला सब कुछ है, तू ही तो ना आ गए मेरी कुंडली पे, तू ही तो ना आ गए, 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 तू ही तो ना आ गए। इधर आ, इधर आ, इधर आ, इधर ऐसी लगेगी। अभी टेंशन क्यों ले रहा है, टेंशन क्यों ले रहा है? मैंने बोलने के लिए मना किया ना मैंने बोलने के लिए, तो फिर आवाज क्यों निकल रही दोनों के मुंह में से, ये बताओ। निकलो कमरे, कमरा खोलो, कमरा खोलो और निकलो। ये डंडा मुझे दे जा, मैं क्या करूं? हाँ ये सही है, चलो अब जाओ, निकलो, जिससे मन करे उससे बोलो, हम मना नहीं करेंगे आज के बाद। हमें कुछ नहीं समझ जी। ਇਹ ਸੀ ਉਹ ਮੰਦਭਾਗੀ ਵੀਡੀਓ ਜਿਹੜੀ ਦੇਖ ਕੇ ਮੇਰੇ ਆਪ ਦੇ ਮਨ ਨੂੰ ਇੰਨੀ ਸੱਟ ਲੱਗੀ ਕਿ ਮੈਂ ਸੋਚਣ 'ਤੇ ਮਜਬੂਰ ਹੋ ਗਿਆ ਕਿ ਕਿਸ ਤਰ੍ਹਾਂ ਦੀ ਦੁਨੀਆ ਹੈ ਜੋ ਹਾਲੇ ਵੀ ਇਹਨਾਂ ਚੀਜ਼ਾਂ ਦੇ ਪਿੱਛੇ, ਜਾਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਨਹੀਂ ਆਉਂਦਾ। ਜਾਂ ਇਹ ਜਿਹੜੀ ਵੀਡੀਓ ਸੀ ਇਹਦੇ ਥੱਲੇ ਮੈਨੂੰ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਮਿਲੀਆਂ ਕਾਫੀ ਗਰੁੱਪਾਂ ਤੋਂ। ਕਿਸੇ ਨੇ ਲਿਖਿਆ ਸੀ ਕਿ ਇਹ ਮਤਰੇਈ ਮਾਂ ਹੈ, ਕਿਸੇ ਨੇ ਲਿਖਿਆ ਸੀ ਇਹ ਇਸ ਤਰ੍ਹਾਂ ਦੀ ਮਾਂ ਹੈ, ਜਾਂ ਬਹੁਤ ਕਾਫੀ ਹਰ ਇੱਕ ਨੇ ਆਪਣੇ ਹਿਸਾਬ ਦੇ ਨਾਲ ਲਿਖਿਆ ਹੋਇਆ ਸੀ। ਲੇਕਿਨ ਮੇਰਾ ਇਹ ਮੰਨਣਾ ਕਿ ਇਹ ਮਾਂ ਜਾਂ ਔਰਤ ਜਾਂ ਇਨਸਾਨ ਹੋ ਹੀ ਨਹੀਂ ਸਕਦੀ ਕਿ ਜਿਹੜਾ ਬੱਚਿਆਂ 'ਤੇ ਇਸ ਤਰ੍ਹਾਂ ਇੰਨਾ ਤਸ਼ੱਦਦ ਕਰ ਰਿਹਾ, ਉਹ ਨਾ ਇਨਸਾਨ ਹੋ ਸਕਦਾ, ਨਾ ਉਹ ਮਾਂ ਹੋ ਸਕਦੀ, ਨਾ ਉਹ ਕਿਸੇ ਦੀ ਭੈਣ ਹੋ ਸਕਦੀ, ਨਾ ਕਿਸੇ ਦੇ ਘਰ ਵਾਲੀ ਹੋ ਸਕਦੀ ਆ। ਸੋਰੀ ਜਿਹੜੇ ਮੇਰੇ ਬੋਲ ਆ ਥੋੜ੍ਹੇ ਕੌੜੇ ਹੋਣਗੇ, ਲੇਕਿਨ ਕਿਸੇ ਨੂੰ ਕੌੜੇ ਲੱਗਣ ਮੈਂ ਉਹਦੇ ਲਈ ਕੁਛ ਨਹੀਂ ਕਰ ਸਕਦਾ। ਟੀਵੀ 'ਤੇ ਬੈਠ ਕੇ ਨੈਸ਼ਨਲ ਚੈਨਲ 'ਤੇ ਇਹ ਕਹੂੰਗਾ ਕਿ ਐਸੇ ਜਿਹੇ ਇਨਸਾਨ ਨੂੰ ਖੜਾ ਕੇ ਗੋਲੀ ਨਹੀਂ ਮਾਰਨੀ ਚਾਹੀਦੀ, ਉਹਨੂੰ ਇੰਨੀਆਂ ਕੁ ਜੁੱਤੀਆਂ ਮਾਰਨੀਆਂ ਚਾਹੀਦੀਆਂ ਜਾਂ ਇੰਨੇ ਕੁ ਡੰਡੇ ਮਾਰਨੇ ਚਾਹੀਦੇ ਆ ਕਿ ਉਹ ਇਨਸਾਨ ਉੱਥੇ ਦਮ ਤੋੜ ਦੇਵੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਨਿਆਣਿਆਂ 'ਤੇ ਜੋ ਜੋ ਸਾਡੀ ਆਉਣ ਵਾਲੀ ਪਨੀਰੀ ਹੈ ਉਹਦੇ ਲਈ ਅਸੀਂ ਕਰ ਤਾਂ ਕੁਛ ਨਹੀਂ ਸਕਦੇ, ਲੇਕਿਨ ਕੀਤਾ ਕਰਾਇਆ ਜੋ ਹੈ ਉਹਦੇ ਉੱਤੇ ਕੀ ਮਿੱਟੀ ਪਾ ਰਹੇ ਹਾਂ ਜਾਂ ਕੀ ਸਿਖਾ ਰਹੇ ਹਾਂ ਅਸੀਂ ਇਹ ਵੀਡੀਓ ਪਾ ਕੇ। ਉਹ ਦੇਖੋ ਕਿੰਨਾ ਗੰਦਾ ਇਨਸਾਨ ਹੋਊਗਾ ਜਿਸਨੇ ਇਹ ਕਰਦੇ ਹੋਏ 'ਤੇ ਵੀਡੀਓ ਵੀ ਬਣਾਈ, ਔਰ ਕਿੱਡਾ ਬੇਨਹਾਤ ਪਤਾ ਨਹੀਂ ਲੇਡੀ ਹੋਊਗੀ ਜਾਂ ਕੌਣ ਹੈ ਉਹ। ਮੈਂ ਜ਼ਰੂਰ ਚਾਹੂੰਗਾ ਕਿ ਜੋ ਵੀ ਇੰਡੀਆ ਦੇ ਵਿੱਚ ਧਰਮ ਕੋਈ ਵੀ ਹੋਵੇ, ਜਿਹੜੇ ਬੈਠੇ ਨੇ ਲੋਕੀ, ਉਹ ਜ਼ਰੂਰ ਇਸ ਵੀਡੀਓ ਨੂੰ, ਵੀਡੀਓ ਦਾ ਪਤਾ ਕਰਕੇ ਸਰਕਾਰ ਤੱਕ, ਜਾਂ ਨਹੀਂ ਹੋ ਸਕਦਾ ਕੰਮ 'ਤੇ ਕੰਮ ਮੇਰੇ ਤੱਕ ਜ਼ਰੂਰ ਪਹੁੰਚਾ ਦਿਓ ਕਿ ਉਹ ਕੌਣ ਹੈ, ਤਾਂ ਕਿ ਮੈਂ ਆਸਾਨੀ ਤੌਰ 'ਤੇ ਖੁਦ ਇਸ ਲੇਡੀ ਨੂੰ ਜੋ ਅਰੈਸਟ ਕਰਾਉਣਾ ਚਾਹੁੰਦਾ ਕਿ ਹਾਂ ਪੁਲਿਸ ਨੂੰ ਸੱਦ ਕੇ, ਲੇਕਿਨ ਸਾਡੇ ਕੋਲ ਮੇਰੇ ਕੋਈ ਇੰਨਾ ਸੋਰਸ ਨਹੀਂ ਹੈ ਮੈਂ ਪਤਾ ਕਰ ਸਕਾਂ ਇਹ ਵੀਡੀਓ ਇੰਡੀਆ ਤੋਂ ਰਿਲੀਜ਼ ਹੋਈ ਆ, ਉਹ ਕਿਹੜੇ ਜ਼ਿਲ੍ਹੇ ਤੋਂ ਕਿੱਥੋਂ ਰਿਲੀਜ਼ ਹੋਈ ਆ। ਉੱਥੇ ਦੀਆਂ ਸਰਕਾਰਾਂ ਨੇ ਜੋ ਉਹ ਬਾਦਲ ਹੋਣੀ ਹੋਣ, ਅਕਾਲੀ ਦਲ ਹੋ ਗਿਆ, ਕਾਂਗਰਸ ਹੋ ਗਈ, ਜਾਂ ਬੀਜੇਪੀ ਵਾਲੇ ਹੋ ਗਏ, ਜਾਂ ਆਮ ਆਦਮੀ ਵਾਲੇ ਹੋ ਗਏ, ਮੈਂ ਸਾਰਿਆਂ ਨੂੰ ਕਹੂੰਗਾ ਕਿ ਲਾਣਤ ਇਹੋ ਜਿਹੇ ਲੀਡਰਾਂ 'ਤੇ, ਲਾਣਤ ਇਹੋ ਜਿਹੀਆਂ ਸਰਕਾਰਾਂ 'ਤੇ ਕਿ ਜੋ ਜਿਨ੍ਹਾਂ ਦੇ ਮੁਲਕ ਦੇ ਵਿੱਚ ਇਹ ਕੁਛ ਹੋ ਰਿਹਾ, ਲੇਕਿਨ ਹੁਣ ਤੱਕ ਉਹ ਵੀਡੀਓ ਵਾਲੀ ਔਰਤ ਕੋਈ ਵੀ ਅਰੈਸਟ ਨਹੀਂ ਹੋਈ, ਜਾਂ ਉਹ ਬੱਚਿਆਂ ਬਾਰੇ ਕਿਸੇ ਨੂੰ ਕੋਈ ਵੀ ਐਸਾ ਧਰਮ ਨੇ ਸਟੈਪ ਨਹੀਂ ਲਿਆ ਕਿ ਅਸੀਂ ਸਿੱਖ ਹਾਂ ਅਸੀਂ ਸਾਂਭਦੇ ਹਾਂ, ਜਾਂ ਅਸੀਂ ਹਿੰਦੂ ਹਾਂ ਅਸੀਂ ਸਾਂਭਦੇ ਹਾਂ, ਜਾਂ ਅਸੀਂ ਮੁਸਲਮਾਨ ਹਾਂ ਅਸੀਂ ਸਾਂਭਦੇ ਹਾਂ, ਕੋਈ ਧਰਮਾਂ ਤੋਂ ਅਸੀਂ ਕੀ ਕਰਾਉਣਾ, ਜਾਂ ਵੱਡੇ ਵੱਡੇ ਮੰਦਰਾਂ ਤੋਂ, ਗੁਰਦੁਆਰਿਆਂ ਤੋਂ, ਜਾਂ ਮਸੀਦਾਂ ਤੋਂ, ਜਾਂ ਚਰਚਾਂ ਤੋਂ ਕੀ ਕਰਾਉਣਾ ਜਿੱਥੇ ਇੱਕ ਦੋ ਬੱਚਿਆਂ ਨੂੰ ਸੰਭਾਲਿਆ ਨਹੀਂ ਜਾ ਸਕਦਾ ਜਾਂ ਰੋਟੀ ਨਹੀਂ ਦਿੱਤੀ ਜਾ ਸਕਦੀ। ਮੈਂ ਕਹੂੰਗਾ ਕਿ ਲਾਣ ਤਾਂ ਸਾਰੇ ਧਰਮਾਂ 'ਤੇ, ਲਾਣ ਤਾਂ ਸਾਰੇ ਲੀਡਰਾਂ 'ਤੇ ਕਿ ਜੇ ਅਸੀਂ ਇੱਕ ਮੁਲਕ ਦੇ ਵਿੱਚ ਅਸੀਂ ਗੱਲਾਂ ਕਰਦੇ ਹਾਂ, ਜਿਹੜੇ ਖਾਲਿਸਤਾਨੀ ਨੂੰ ਪੁੱਛੋ ਕਹਿੰਦੇ ਖਾਲਿਸਤਾਨ ਚਾਹੀਦਾ, ਹਿੰਦੂਆਂ ਨੂੰ ਪੁੱਛੋ ਜਿਹੜੇ ਲੀਡਰ ਹੈ ਉਹ ਕਹਿੰਦੇ ਸਾਨੂੰ ਹਿੰਦੁਸਤਾਨ ਚਾਹੀਦਾ ਹਿੰਦੂਆਂ ਲਈ, ਮੁਸਲਮਾਨ ਕਹਿੰਦੇ ਨੇ ਸਾਨੂੰ ਮੁਸਲਮਾਨ ਪਾਕਿਸਤਾਨ ਚਾਹੀਦਾ। ਉਹ ਦੇਸ਼ ਤਾਂ ਬਾਅਦ ਵਿੱਚ ਲੈ ਲਿਓ, ਪਹਿਲਾਂ ਆਹ ਜਿਹੜੀਆਂ ਛੋਟੀਆਂ ਛੋਟੀਆਂ ਪ੍ਰੋਬਲਮਾਂ ਜਿਹੜੀਆਂ ਤੁਹਾਡੀ ਆਉਣ ਵਾਲੀਆਂ ਪਨੀਰੀਆਂ ਨਸ਼ਟ ਹੋ ਰਹੀਆਂ, ਪਹਿਲਾਂ ਉਹਨਾਂ ਨੂੰ ਬਚਾ ਲਓ, ਕਿਉਂਕਿ ਜੇ ਨਹੀਂ ਬਚਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਖਾਲਿਸਤਾਨ ਦਾ ਫਾਇਦਾ ਹੋਊ, ਨਾ ਹਿੰਦੁਸਤਾਨ ਦਾ ਫਾਇਦਾ ਹੋਊ, ਨਾ ਪਾਕਿਸਤਾਨ ਦਾ ਫਾਇਦਾ ਹੋਊ, ਨਾ ਹਿੰਦੂਆਂ ਦਾ ਫਾਇਦਾ, ਨਾ ਬੁੱਧਾ ਦਾ, ਕਿਸੇ ਦਾ ਕੋਈ ਫਾਇਦਾ ਨਹੀਂ ਹੋਊਗਾ। ਜੇ ਆਹ ਜਿਹੜੀ ਛੋਟੀ ਜਿਹੀ ਬਿਮਾਰੀ ਆ ਜਿਹੜੀ ਜਦੋਂ ਵੀ ਇੰਡੀਆ ਜਾਂਦੇ ਹਾਂ, ਜਿਹੜੀ ਅੱਜ ਮੈਂ ਸ਼ੇਅਰ ਕਰਨੀ ਚਾਹੁੰਦਾ ਕਿ ਉੱਥੇ ਜਿਹੜੀ ਬੱਚਿਆਂ ਤੋਂ ਕੰਮ ਕਰਾਇਆ ਜਾਂਦਾ, ਅੱਠ ਅੱਠ ਨੌ ਨੌ ਸਾਲ ਦੇ ਬੱਚੇ ਜਿਹਨਾਂ ਦਾ ਭਵਿੱਖ ਸਿਰਫ ਭਾਂਡੇ ਧੋਣ 'ਤੇ ਰੱਖਿਆ ਹੋਇਆ, ਉੱਥੇ ਸਰਕਾਰਾਂ ਨੂੰ ਪੁੱਛਣਾ ਪੈਂਦਾ। ਪਰ ਚਾਹੀਦਾ ਕਿ ਇਹ ਸਰਕਾਰਾਂ ਜਿਹੜੀਆਂ ਇਹਨੂੰ ਕੁਛ ਨਹੀਂ ਕਰਨਾ, ਨਾ ਇਹਨਾਂ ਨੇ ਪਹਿਲੋਂ ਹੋਇਆ। ਮੈਂ ਕਹੂੰਗਾ ਕਿ ਹਰ ਕੋਈ ਇਨਸਾਨ, ਚਾਹੇ ਉਹ ਪਿੰਡ ਵਿੱਚ ਰਹਿੰਦਾ ਜਾਂ ਸ਼ਹਿਰ ਵਿੱਚ ਰਹਿੰਦਾ,
ਜਿੱਥੇ ਵੀ ਤੁਸੀਂ ਰਹਿੰਦੇ ਹੋ, ਸਪੈਸ਼ ਕਰਕੇ ਇੱਕ ਮੈਂ ਜਿਹੜੇ ਸਾਡੇ ਹੀਰੋ ਹੀਰੋਇਨ ਨੇ ਵੱਡੇ ਵੱਡੇ ਜਿਹਨੇ ਜਿਹਨਾਂ ਨੇ ਵੱਡੇ ਵੱਡੇ ਮਹਿਲ ਪਾਏ ਹੋਏ ਨੇ, ਜਿਹਨਾਂ ਨੂੰ ਲੋਕੀ ਆਈਡਲ ਦੇਖ ਕੇ ਬਣਾ ਚ, ਉਹਨਾਂ ਨੂੰ ਵੀ ਕਹੂੰਗਾ ਕਿ ਤੁਸੀਂ ਵੀ ਮੋਹਰੇ ਆਓ ਭਰਾਵੋ, ਦੇਖ ਕੇ ਇਹਨਾਂ ਨੂੰ ਐਸੇ ਜਿਹੜੇ ਲੋਕ ਨੇ ਇਹਨਾਂ ਨੂੰ ਬਾਹਰ ਕੱਢ ਕੇ ਚੁਰਾਹੇ ਦੇ ਵਿੱਚ ਲਿਆ ਕੇ ਦੱਬ ਕੇ ਥਾਪੜਾ ਲਾਉਣਾ ਚਾਹੀਦਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਸਾ ਕੰਮ ਨਾ ਕਰੇ। ਔਰ ਜਿਹੜੀ ਪੁਲਿਸ ਵੀ ਆ, ਜਿੱਥੇ ਵੀ ਇਹ ਲੇਡੀ ਹੈ ਉੱਥੇ ਦੀ ਪੁਲਿਸ ਨੂੰ ਮੈਂ ਸਪੈਸ਼ਲ ਕਹਿ ਰਿਹਾ ਕਿ ਪਤਾ ਕਰਕੇ ਜੋ ਇਹਦਾ ਖਰਚਾ ਹੈ ਜ਼ਰੂਰ, ਮੇਰਾ ਪਰਸਨਲ ਨੰਬਰ ਹੈ, ਮੈਨੂੰ ਪਰਸਨਲ ਨੰਬਰ 'ਤੇ ਕਾਲ ਕਰੋ, ਤਾਂ ਕਿ ਇੱਦਾਂ ਦੇ ਲੋਕ ਜਿਹੜੇ ਸਮਾਜ 'ਚੋਂ ਹਟ ਜਾਣ। ਸਾਡੇ ਨਾਲ ਕਾਲਰ ਜੁੜੇ ਨੇ ਜਿਹੜੇ ਹਰਬਲ ਜੋਧੇ ਨੇ, ਆਪਾਂ ਉਹਨੂੰ ਵਿੱਚ ਲਵਾਂਗੇ। ਜੀ ਹਾਂਜੀ ਰਾਜ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਵੀਡੀਓ ਦੇਖੀ? ਜੀ ਵੀਡੀਓ ਸਿੱਖਿਆ ਲੈਣ ਵਾਲੀ ਆ, ਬੱਚੇ ਵੀ ਗਲਤੀ ਕਰਦੇ ਆ, ਟੀਕਾ ਹੋਣਾ ਚਾਹੀਦਾ ਜੀ। ਇਹ ਕੋਈ ਟੀਕਾ ਨਹੀਂ ਆ, ਤੁਹਾਨੂੰ ਮਾਰਿਆ ਜਾਵੇ ਜੀ। ਹੈਲੋ, ਤੁਸੀਂ ਤੁਸੀਂ ਆਉਣੇ ਰਹੋ ਜੀ। ਹੈਲੋ ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹ ਕੋਈ ਔਰਤ ਐਡੀ ਗੰਦੀ ਨਹੀਂ ਹੋ ਸਕਦੀ, ਕਿਸੇ ਨੇ ਸ਼ਰਾਰਤ ਕੀਤੀ, ਕੋਈ ਔਰਤ ਬੇਟਾ ਜੀ ਇਹੋ ਜਿਹੀ ਹੋ ਹੀ ਨਹੀਂ ਸਕਦੀ। ਨਹੀਂ ਜੀ, ਔਰਤ ਤਾਂ ਨਹੀਂ ਹੋ ਸਕਦੀ, ਤੁਹਾਡੀ ਗੱਲ ਆ ਜਿਹੜੀ ਸ਼ਰਾਰਤ ਦੇ ਵਿੱਚ ਜੋ ਨਿਆਣੇ ਦੇ ਸੱਟ ਲੱਗ ਲਈ, ਉਹ ਤਾਂ ਸ਼ਰਾਰਤ ਨਹੀਂ ਹੋ ਸਕਦੀ। ਨਹੀਂ ਉਹ ਵਿਖਾਉਣ ਨੂੰ ਕੀਤਾ ਗਿਆ, ਛੇੜਖਾਨੀ ਆ, ਮੈਂ ਤੇ ਮੰਦੀ ਨਹੀਂ ਪੁੱਤਰ, ਕੋਈ ਔਰਤ ਇਹੋ ਜਿਹੀ ਗੰਦੀ ਹੋ ਸਕਦੀ ਹੈ? ਚਲੋ ਜੀ, ਤੁਹਾਡਾ ਥੈਂਕ ਯੂ। ਤੁਹਾਡਾ ਕੋਈ ਔਰਤ ਮੈਂ ਅੱਜ ਤੱਕ ਦੇਖੀ ਨਹੀਂ, ਲੇਕਿਨ ਗਾਂ ਦੇਖਣ ਨੂੰ ਮਿਲੇ ਤਾਂ ਕਹਿ ਨਹੀਂ ਸਕਦੇ। ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਪਤਾ ਕਰਨਾ ਬਹੁਤ ਹੀ ਸੌਖੀ ਗੱਲ ਹੈ ਕਿ ਵੀਡੀਓ ਕਿੱਥੋਂ ਲੋਡ ਹੋਈ ਹੈ, ਫਿਰ ਵੀ ਉਸ ਨੂੰ ਫੜ ਕੇ ਚਾਹੇ ਔਰਤ ਹੋਵੇ ਚਾਹੇ ਨਾ ਹੋਵੇ ਸਜ਼ਾ ਦੇ। ਜੀ ਇਹ ਸਨ ਜੀ ਆਪਣੇ ਕਾਲਰ, ਜਿਹਨਾਂ ਨੇ ਜਿਹੜੇ ਨਹੀਂ ਮੰਨਦੇ ਕਿ ਔਰਤ, ਮੈਂ ਵੀ ਮੰਨਦਾ ਕਿ ਐਸੀ ਔਰਤ ਹੋ ਹੀ ਨਹੀਂ ਸਕਦੀ ਦੁਨੀਆਂ ਦੇ ਵਿੱਚ ਕਿ ਜੋ ਇੰਨਾ ਤਸ਼ੱਦਦ ਨਿਆਣਿਆਂ 'ਤੇ ਜਾਂ ਸਿਆਣਿਆਂ 'ਤੇ ਕਰੇ। ਕੋਈ ਵੀ ਇਨਸਾਨ ਹੈ ਜਿਹੜਾ ਉਹ ਇੰਨਾ ਕੀ ਕਹਾਂ ਕਿ ਇੰਨਾ ਨਿਰਦਿਲ ਹੋ ਹੀ ਨਹੀਂ ਸਕਦਾ ਕਿ ਕਿਸੇ ਦੇ ਵਿੱਚ ਦਿਲ ਨਾ ਹੋਵੇ, ਜਾਂ ਸਾਡਾ ਵੀਡੀਓ ਦੇਖ ਕੇ ਆਪਦਾ ਦਿਲ ਕੰਬਦਾ ਕਿ ਇੰਨਾ ਨਹੀਂ ਕਰਨੀ ਚਾਹੀਦੀ, ਜਿਹੜਾ ਕਰਦਾ ਹੋਊ ਉਹ ਕਿੱਦਾਂ ਦਾ ਭੈੜਾ ਇਨਸਾਨ ਹੋ ਸਕਦਾ। ਮੈਂ ਇਸ ਕਰਕੇ ਕਹਿੰਦਾ, ਮੈਂ ਇਸ ਗੱਲ ਤੋਂ ਮਾਫ਼ੀ ਮੰਗਦਾ ਕਿ ਜੇ ਕਿਸੇ ਧਰਮ ਦੇ ਖਿਲਾਫ਼ ਜਾਂ ਕਿਸੇ ਵੀਰ ਦੇ ਖਿਲਾਫ਼ ਕਿਸੇ ਨੂੰ ਮੇਰੀ ਗੱਲ ਗਲਤ ਲੱਗੀ ਹੋਵੇ, ਪਰ ਜਦੋਂ ਐਸੀਆਂ ਵੀਡੀਓ ਦੇਖਦਾ ਉੱਥੇ ਗੁੱਸਾ ਜ਼ਰੂਰ ਆਉਂਦਾ, ਗੁੱਸਾ ਕਰਨਾ ਬਣਦਾ ਵੀ ਜ਼ਰੂਰ ਹੈ, ਕਿਉਂਕਿ ਜੇ ਅਸੀਂ ਐਸੀ ਜਿਹੀਆਂ ਚੀਜ਼ਾਂ ਨਹੀਂ ਰੋਕ ਸਕਦੇ ਤਾਂ ਫਿਰ ਅਸੀਂ ਵੱਡੇ ਵੱਡੇ ਗੁਰਦੁਆਰੇ ਬਣਾ ਕੇ ਜਾਂ ਵੱਡੇ ਵੱਡੇ ਮਹਿਲ ਪਾ ਕੇ ਕੀ ਕਰਾਂਗੇ? ਜੇ ਅਸੀਂ ਇਨਸਾਨੀਅਤ ਹੋ ਕੇ, ਇਨਸਾਨ ਹੋ ਕੇ ਇੱਕ ਇਨਸਾਨੀਅਤ ਨਹੀਂ ਨਿਭਾ ਸਕੇ, ਮੈਂ ਕਹੂੰਗਾ ਲਾਹਣ ਤਾਂ ਮੇਰੇ 'ਤੇ ਵੀ, ਲਾਹਣ ਤਾਂ ਬਾਕੀਆਂ 'ਤੇ ਵੀ। ਜਿਹੜਾ ਇੱਕ ਇਨਸਾਨ ਹੋ ਕੇ ਜਿੱਥੇ ਵੀ ਇਹ ਔਰਤ ਹੋਊਗੀ ਉੱਥੇ ਆਲੇ ਦੁਆਲੇ ਜੇ ਇਨਸਾਨੀਅਤ ਬਚੀ ਆ, ਜ਼ਰੂਰ ਜਿੱਦਾਂ ਦੱਸਿਆ ਸਾਡੇ ਕਾਲਰ ਨੇ ਕਿ ਔਰਤ ਹੋ ਹੀ ਨਹੀਂ ਸਕਦੀ, ਚਾਹੇ ਔਰਤ ਹੋਵੇ ਚਾਹੇ ਜ਼ਾਲਮ ਤਾਂ ਹੈ ਨਾ, ਜੇ ਔਰਤ ਨਹੀਂ ਹੈ ਜ਼ਾਲਮ ਹੈ ਕਿਸੇ 'ਤੇ, ਚਾਹੇ ਦਿਖਾਉਣ ਲਈ ਵੀ ਕੀਤਾ, ਜੋ ਮਾਰ ਰਹੀ ਆ ਉਹ ਸੱਟ ਲੱਗਦੀ ਤਾਂ ਬਿਲਕੁਲ ਦਿਖ ਰਹੀ ਆ, ਉਹ ਤਾਂ ਝੂਠ ਨਹੀਂ ਹੋ ਸਕਦੀ। ਬਾਕੀ ਜੇ ਕਿਸੇ ਨੇ ਡਰਾਮਾ ਵੀ ਕੀਤਾ, ਬਹੁਤ ਹੀ ਗੰਦਾ ਅਤੇ ਬਾਹਿਆਤ ਡਰਾਮਾ, ਉਹ ਇੱਦਾਂ ਦਾ ਡਰਾਮਾ ਨਾ ਕਰੇ, ਕਿਉਂਕਿ ਕਿਸੇ ਦੇ ਡਰਾਮੇ ਦੇ ਨਾਲ ਕਿਸੇ ਨੂੰ, ਕਿਸੇ ਦੇ ਮਨ ਨੂੰ ਬਹੁਤ ਠੇਸ ਪਹੁੰਚ ਸਕਦੀ ਹੈ ਜੇ ਕਿਸੇ 'ਤੇ ਬੀਤੀ ਹੋਵੇ। ਇਹ ਨਹੀਂ ਮੇਰੇ 'ਤੇ ਬੀਤੀ ਆ ਜਾਂ ਮੇਰੇ 'ਤੇ ਬੀਤੀ ਹੋਵੇ ਜਾਂ ਮੈਂ ਨਹੀਂ ਮੰਨਦਾ, ਪਰ ਹਾਂ ਜੇ ਨਹੀਂ ਵੀ ਬੀਤੀ ਆਪਾਂ ਉਸ ਚੀਜ਼ ਨੂੰ ਫੀਲ ਕਰ ਸਕਦੇ ਹਾਂ। ਮੈਂ ਉਹਨੂੰ ਫੀਲ ਕੀਤਾ ਔਰ ਮਨ ਦੇ ਵਿੱਚ ਇੰਨਾ ਕੁ ਦੁੱਖ ਹੋਇਆ ਕਿ ਸਾਡੀਆਂ ਸਰਕਾਰਾਂ ਜਿਹੜੀਆਂ ਕਹਿੰਦੇ ਨੇ ਕਿ ਪਾਣੀ ਦਾ ਮੁੱਦਾ ਜੀ, ਫਿਰ ਬਿਜਲੀ ਦਾ ਮੁੱਦਾ, ਫਿਰ ਕਿਸਾਨਾਂ ਦਾ ਮੁੱਦਾ, ਜਿਹੜੇ ਮੁੱਦੇ ਸਾਰੇ ਜ਼ਰੂਰੀ ਨੇ, ਲੇਕਿਨ ਆ ਜਿਹੜਾ ਮੇਨ ਮੁੱਦਾ, ਜੇ ਇਸ ਮੁਲਕ ਦੇ ਵਿੱਚ ਹਾਲੇ ਵੀ ਚਾਈਲਡ ਲੇਬਰ ਹੋ ਰਹੀ ਆ ਔਰ ਉੱਥੇ ਬਿਜਲੀ ਕੀ ਕਰੂਗੀ? ਜਿਹੜਾ ਤੁਸੀਂ ਇੱਕ ਚਾਈਲਡ ਬੱਚੇ ਜਿਹੜੇ ਨੇ ਜਿਹਨਾਂ ਨੇ ਭਵਿੱਖ ਬਣਨਾ, ਜਿਹਨਾਂ ਨੇ ਵੱਡੇ ਹੋ ਕੇ ਕੋਈ ਮੰਤਰੀ ਬਣੂਗਾ, ਕੋਈ ਸੰਤਰੀ ਬਣੂਗਾ, ਕੋਈ ਪ੍ਰੀਚਰ ਬਣੂਗਾ ਜਾਂ ਕੋਈ ਪ੍ਰਚਾਰਕ ਬਣੂਗਾ ਜਾਂ ਕੋਈ ਢਾਡੀ ਬਣੂਗਾ, ਤੁਸੀਂ ਉਹਨੂੰ ਤਾਂ ਸੰਭਾਲ ਨਹੀਂ ਸਕੇ, ਹੋਰ ਤੁਸੀਂ ਕੀ ਕਰੋਗੇ? ਫਿਰ ਕਿੱਦਾਂ ਸੁਧਰ ਜਾਊ? ਕਹਿੰਦੇ ਡਿਜੀਟਲ ਇੰਡੀਆ ਬਣਾ ਦੇਣਾ, ਉਹ ਡਿਜੀਟਲ ਇੰਡੀਆ ਕਾਹਦੇ ਲਈ ਬਣਾ ਦੇਣਾ? ਮੇਰਾ ਤਾਂ ਮੰਤਰੀ ਸਾਹਿਬ ਨੂੰ ਵੀ, ਮੋਦੀ ਜੀ ਨੂੰ ਵੀ ਇਹ ਕਹਿਣਾ ਕਿ ਤੁਸੀਂ ਬਾਕੀ ਜਿਹੜੇ ਕੰਮ ਆ ਉਹ ਬਾਅਦ 'ਚ ਕਰ ਲਿਓ, ਜੇ ਕਿਤੇ ਮੇਰੀ ਵੀਡੀਓ ਇਹ ਮਿਲ ਜਾਵੇ ਉਹਨਾਂ ਨੂੰ ਜ਼ਰੂਰ ਸੁਣਾ ਦਿਓ ਕਿ USA ਦੇ ਵਿੱਚੋਂ ਆਹ ਬੰਦਾ ਬੈਠਾ, ਮੇਰਾ ਪਰਸਨਲ ਨੰਬਰ ਮੈਂ ਹਰ ਵਾਰੀ ਬੋਲ ਕੇ ਜਾਂਦਾ, ਕਿ ਜੋ ਉਹਨਾਂ ਨੇ ਮੇਰਾ ਵਿਗਾੜਨਾ ਵਿਗਾੜ ਲੈਣ, ਪਰ ਹਾਂ ਜਿਹੜੀ ਸੱਚੀ ਗੱਲ ਆ ਉਹ ਬਿਲਕੁਲ ਇਹੀ ਗੱਲ ਕਹੂੰਗਾ ਕਿ ਜੋ ਸੱਚਾਈ ਹੈ ਉਹ ਸੱਚਾਈ ਇਹ ਹੈ ਕਿ ਕੋਈ ਵੀ ਉੱਥੇ ਬੱਚਿਆਂ ਦੀ ਕਦਰ ਨਹੀਂ ਕਰਦਾ, ਇਸ ਕਰਕੇ ਜਿਹੜਾ ਮੁਲਕ ਹੈ ਉਹ ਦਿਨੋ ਦਿਨ ਇੰਡੀਆ ਜਿਹੜਾ ਹੈ ਉਹ ਥੱਲੇ ਨੂੰ ਜਾ ਰਿਹਾ, ਉਹਦਾ ਇਹੀ ਰੀਜ਼ਨ ਹੈ ਕਿ ਅਸੀਂ ਜਿਹੜਾ ਆਉਣ ਵਾਲਾ ਭਵਿੱਖ ਹੈ ਉਹਦੇ ਬਾਰੇ ਬਿਲਕੁਲ ਹੀ ਨਹੀਂ ਸੋਚ ਰਹੇ। ਚਲੋ ਅਸੀਂ ਇਹ ਨਹੀਂ ਕਹਿੰਦੇ ਕਿ ਅਮੈਰੀਕਾ ਦੇ ਵਿੱਚ ਰਹਿੰਦੇ ਹਾਂ, ਇੱਕ ਕਾਲਰ ਆਪਣਾ ਹੋ ਰਿਹਾ, ਇੱਕ ਮਿੰਟ ਲਵਾਂਗੇ ਉਹਨਾਂ ਨੂੰ। ਜੀ ਤੁਹਾਡਾ ਨਿੱਘਾ ਸਵਾਗਤ ਹੈ, ਤੁਸੀਂ ਆਉਣੇ ਰਹੋ ਜੀ, ਸਤਿ ਸ੍ਰੀ ਅਕਾਲ।
ਹਾਂਜੀ ਜਿਵੇਂ ਜੀ ਸਤਿ ਸ੍ਰੀ ਅਕਾਲ, ਮੈਂ ਡਾਕਟਰ ਬਾਜਵਾ ਬੋਲ ਰਿਹਾ ਜੀ। ਹਾਂਜੀ ਡਾਕਟਰ ਸਾਹਿਬ। ਹਾਂਜੀ ਤੁਸੀਂ ਜਿਹੜਾ ਅੱਜ ਲਿਆਂਦਾ ਹੈ ਇਸ਼ੂ, ਬਿਲਕੁਲ ਤੁਸੀਂ ਇਹ ਸਹੀ ਇਹਦੀ ਨਬਜ਼ ਪਛਾਣੀ ਆ, ਜੋ ਵੀ ਤੁਸੀਂ ਕਹਿ ਰਹੇ ਜੇ ਬਿਲਕੁਲ ਠੀਕ ਹੈ। ਪਰ ਮੈਂ ਇਹਦੇ ਨਾਲ ਇੱਕ ਹੋਰ ਗੱਲ ਲਾ ਕੇ ਵੀ ਦੱਸਣੀ ਚਾਹੁੰਦਾ। ਜ਼ਰੂਰ ਜ਼ਰੂਰ। ਚਲੋ ਇੱਕ ਬੱਚਾ ਪੇਸ਼ ਹੋ ਰਹੀ ਹੈ, ਚਾਹੇ ਉਹਦੀ ਪੇਰੈਂਟਸ ਕੋਲ ਹੋ ਰਹੀ ਹੈ, ਥੋੜਾ ਜਿਹਾ ਰੋਲ ਉਹਦੇ ਚ ਮਾਸਟਰਾਂ ਦਾ ਵੀ ਹੁੰਦਾ। ਇਹ ਜਿਹੜਾ ਬਣਾਇਆ ਨਾ ਜੀ, ਇਹ ਬਹੁਤ ਗਲਤ ਹੈ ਜੀ। ਅਸੀਂ ਪੜ੍ਹੇ ਆ, ਕੁੱਟ ਪੈ ਜਾਂਦੀ ਸੀ, ਪੇਰੈਂਟਸ ਵੀ ਕਰਦੇ ਸੀ। ਕਈ ਵਾਰੀ ਬੜੇ ਉਹਨੂੰ ਕਹੀਦਾ ਵੀ ਸਾਡੇ ਮਾਂ ਬਾਪ ਨੇ ਸਾਨੂੰ ਬਹੁਤ ਚੰਡ ਕੇ ਰੱਖਿਆ। ਮੈਂ ਇੱਕ ਦੂਜਾ ਪਾਸਾ ਦੱਸਦਾ, ਅਗਰ ਉਹਨਾਂ ਬੱਚਿਆਂ ਨੂੰ ਪਿਆਰ ਨਾਲ ਰੱਖਿਆ ਜਾਏ, ਉਹਨਾਂ ਨਾਲ ਥੋੜੀ ਜਿਹੀ ਸਿਮਤੀ ਕੀਤੀ ਜਾਏ, ਉਹਨਾਂ ਦੀਆਂ ਜਿਹੜੀਆਂ ਲੋੜਾਂ ਉਹ ਪੂਰੀਆਂ ਕੀਤੀਆਂ ਜਾਣ, ਉਹਨਾਂ ਨੂੰ ਕੱਪੜਾ ਭਾਵੇਂ ਮਾੜਾ ਪਵਾ ਦਿਓ, ਰੋਟੀ ਉਹਨਾਂ ਨੂੰ ਭਾਵੇਂ ਥੋੜੀ ਮਾੜੀ ਦੇ ਦਿਓ, ਜਿਹੜਾ ਕੁੱਟਣਾ ਹੈ ਨਾ ਜੀ, ਇਹ ਇੱਕ ਤੁਹਾਡੀ ਪਰਸਨੈਲਿਟੀ ਟ੍ਰੇਟ ਨੂੰ ਖਤਮ ਕਰ ਦਿੰਦਾ। ਜਦੋਂ ਤੁਸੀਂ ਮੁੜ ਕੇ ਗਰੋ ਅਪ ਹੋ ਜਾਂਦੇ ਜੇ, ਤੁਸੀਂ ਮੁੜ ਕੇ ਕਿਸੇ ਤਸ਼ੱਦਦ ਦਾ ਸਾਹਮਣਾ ਕਰਨਾ ਜਿਹੜਾ, ਉਹ ਤੁਸੀਂ ਫੇਰ ਕੇ ਨਹੀਂ ਕਰ ਸਕਦੇ, ਕਿਉਂਕਿ ਇਹ ਇੱਕ ਬਹੁਤ ਮਾੜੀ ਗੱਲ ਹੈ। ਸਮਾਜ ਨੂੰ ਇਹਦੇ ਬਾਹਰ ਨਿਕਲਣਾ ਚਾਹੀਦਾ, ਧਾਰਮਿਕ ਸੰਸਥਾਵਾਂ ਦੂਜਿਆਂ ਇਨਸਾਨਾਂ ਨੂੰ ਇਹਨੂੰ ਕੰਡੈਮ ਕਰਨਾ ਚਾਹੀਦਾ। ਬੱਚੇ ਨੂੰ ਕੁੱਟਣਾ ਨਹੀਂ ਚਾਹੀਦਾ, ਚਾਹੇ ਉਹ ਇੰਡੀਆ ਚ ਹੋਏ, ਪਾਕਿਸਤਾਨ ਚ ਹੋਏ, ਅਮੈਰੀਕਾ ਚ ਹੋਏ, ਕਿਤੇ ਹੋਵੇ। ਜੀ ਬਾਬਾ, ਤੁਹਾਡਾ ਬਹੁਤ ਧੰਨਵਾਦ ਜੀ। ਜੀ ਤੁਹਾਡਾ ਨਿੱਘਾ ਸਵਾਗਤ ਹੈ ਜੀ। ਆਪਾਂ ਕੋਲ ਟਾਈਮ ਬਹੁਤ ਘੱਟ ਆ, ਲੇਕਿਨ ਫਿਰ ਵੀ ਆਪਾਂ ਤੁਹਾਡੀ ਕਾਲ ਜ਼ਰੂਰ ਸੁਣਾਉਣੀ ਚਾਹੁੰਦੇ ਹਾਂ, ਕੀ ਕਹਿਣਾ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ ਜੀ। ਹਾਂਜੀ ਹਾਂਜੀ ਸੁਣ ਰਿਹਾ ਜੀ, ਤੁਸੀਂ ਆਨ ਏਅਰ ਹੋ ਜੀ। ਮੈਂ ਸਰਜੀਤ ਕੌਰ ਬੋਲ ਰਹੀ ਹਾਂ ਕੈਲੀਫੋਰਨੀਆ ਤੋਂ। ਜਿਹੜਾ ਥੋੜਾ ਸ਼ੋਅ ਦੇਖ ਰਿਹਾ ਬਹੁਤ ਵਧੀਆ ਹੁੰਦਾ ਬੱਚਿਆਂ ਨੂੰ, ਤੋਂ ਸਮਝ ਸੋਚ ਕੇ ਬੱਚਿਆਂ ਨੂੰ ਸਾਡਾ ਰੱਖਣਾ ਚਾਹੀਦਾ ਜੀ। ਜੀ ਜੀ ਥੈਂਕ ਯੂ ਤੁਹਾਡਾ ਜੀ। ਇਹ ਸਰਕਾਰਾਂ ਦੇ, ਇਹ ਜੇ ਲੀਡਰਾਂ ਦੇ, ਸਾਡੇ ਦੇ ਪਿੱਟੇ ਹੋਏ ਤਾਂ ਕਹਿੰਦੀ ਆ ਤੇ ਮੈਂ ਹੁਣ ਆਈ ਆ ਤੇ ਮੈਂ ਤੁਹਾਡਾ ਸ਼ੋ, ਅੱਛਾ ਚੰਗੇ ਚੰਗੇ ਇਹ ਵਧੀਆ ਸ਼ੋ ਲਿਆਉਂਦੇ। ਤੁਹਾਡਾ ਨਾਮ ਕੀ ਹੈ ਜੀ? ਮੈਂ ਤੁਹਾਡਾ ਨਾਮ ਨਹੀਂ ਜਾਣਦੀ। ਮੇਰਾ ਨਾਮ ਜਿਮੀ ਬਰਾੜਾ ਜੀ, ਥੱਲੇ ਚੈਨਲ ਤੇ ਲਿਖਿਆ ਆਉਂਦਾ ਹੁੰਦਾ ਟੀਵੀ ਸਕਰੀਨ ਤੇ। ਜਿਹੜਾ ਅੱਜ ਦਾ ਜਿਹੜਾ ਟਾਈਮ ਸੀ ਥੋੜਾ ਸਾਡੇ ਕੋਲ ਘੱਟ ਆ ਜੀ, ਤੁਸੀਂ ਮਾਤਾ ਨਾ ਦੇਖੋ ਕੋਈ ਜਾਤਾ ਹੋਵੇ, ਜੋ ਸਾਡੇ ਬਾਬੇ ਨਾਨਕ ਨੇ ਜਾਤਾ ਮਾਤਾ ਨੂੰ ਕੋਈ ਵੀ ਸ਼ੁਰੂ ਹੈ ਕੱਲੇ ਆਏ ਨਾਨਕ ਦੇ ਉੜ ਗਿਆ ਕਿ ਜਦੋਂ ਕਿਸੇ ਚਿੱਠੀ ਆ ਜੀ ਕਿ ਫਿਰ ਮੂਹਰੇ ਕੋਈ ਪਿਓਰ ਨੀ ਜਾਂਦਾ। ਮੈਂ ਤੁਹਾਡਾ ਸ਼ੋ ਦੇਖਦੀ ਆ, ਇਹ ਚੰਗੇ ਚੰਗੇ ਇਹਦੇ ਲਿਆ ਕਰੋ। ਹਾਂ ਦੇਖੋ ਤੁਹਾਡੀ ਵੀਡੀਓ ਵੀ ਦੇਖੀ ਹੈ ਬਾਦਲ ਬਾਦਲ ਤੇ ਇਹ ਅਸੀਂ ਸਾਡਾ ਤੇਰਾ ਕੱਖ ਨਾ ਰਹੇ। ਇੰਨੇ ਝੂਠ ਬੋਲਦੇ ਆ ਬਰਾੜ ਸਾਹਿਬ ਸਾਰੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਕੇ ਬਾਏ, ਥੈਂਕ ਯੂ, ਧੰਨਵਾਦ ਜੀ। ਇਹ ਸਨ ਜੀ ਸਾਡੇ ਕੋਲ ਜਿਹੜਾ ਅੱਜ ਦਾ ਸ਼ੋਅ ਹੈ, ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਫਿਰ ਇੱਕ ਵਾਰ ਸਾਰੇ ਜਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਇਸੇ ਤਰ੍ਹਾਂ ਦੇਖਦੇ ਰਹੋ, ਆਪਾਂ ਹਰ ਹਫ਼ਤੇ ਇੱਕ ਨਵਾਂ ਸ਼ੋਅ ਵੀ ਸ਼ੁਰੂ ਕਰਨ ਜਾ ਰਹੇ ਹਾਂ ਜੋ ਸ਼ਾਮ ਨੂੰ ਹੋਇਆ ਕਰੂਗਾ। ਉਹਦੇ ਵਿੱਚ ਵੀ ਆਪਾਂ ਨਵੀਆਂ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ। ਆਓ ਅੱਜ ਦਾ ਜਿਹੜਾ ਸ਼ੋਅ ਹੈ ਇੱਥੇ ਹੀ ਸਮਾਪਤ ਕਰਦੇ ਹਾਂ। ਮਿਲਦੇ ਹਾਂ ਅਗਲੇ ਹਫ਼ਤੇ ਮੰਗਲਵਾਰ ਨੂੰ। ਇੰਡੀਅਨ ਐਪਸ ਲਾਈਵ, ਸਤਿ ਸ੍ਰੀ ਅਕਾਲ।